ਸਾਰੇ ਆਪਣੀ ਰਸਮਾਂ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ। ਕੋਈ ਵੀ ਰਸਨਾ ਸ਼ਬਦ ਦੀ ਧਾਰਨਾ ਪੜ੍ਹੇ ਤੋਂ ਬਗੈਰ ਵਾਂਝੀ ਨਾ।
मोह कृपा थारे नी, मोह कृपा थारे नी, मोह कृपा थारे कृपा थारे नी, राखो अपनी शरण प्रभु, राखो अपनी शरण प्रभु, राखो अपनी शरण, राखो अपनी शरण प्रभु, ओहे कृपा थारे, ओहे कृपा थारे नी, राखो अपनी शरण प्रभु, मोहे कृपा थारे, सेवा कछु न जानऊं, नीच मूर्खारे मान कराऊं तुझ ऊपरे, मेरे प्रीतम प्यारे हम अपराधी सद भूलते, तुम बख्शन हारे हम अवगुण करें असंख नीत, तुम निर्गुण दातारे दासी संगत प्रभु त्याग, हे कर्म हमारे तुम देवो सब किछ दया धार, हम अकृत कनारे लाग पर तेरे दान स्यों, नह चित खसमारे तुझ ते बार किछ नहीं, भव काटन हारे कहो नानक शरण दयाल गुर, लेहो मुगद उधारे, मोह कृपा थारे जी, मोह कृपा थारे जी, मोह कृपा थारे, मोह कृपा थारे जी, राखो अपनी शरण प्रभु, राखो अपनी शरण प्रभु, राखो अपनी शरण, राखो अपनी शरण प्रभु, कृपा तारे, कृपा तारे दी, सत काफी समय तो आप सतगुरां दे सचखंड दरबार दियां हाजरियां भरदे हुए कलयुग दे समय दी उत्तम भगती कलयुग में कीर्तन प्रधाना गुरबाणी दे कीर्तन दा आनंद माण रहे
ਪੈਰਾਂ ਨਾਲ ਚੱਲ ਕੇ ਆਏ ਹੋ, ਗੁਰੂ ਦਰਬਾਰ ਵਿੱਚ ਆਪਣੇ ਪੈਰਾਂ ਨੂੰ ਪਵਿੱਤਰ ਕੀਤਾ ਹੈ। ਸ਼ਰਧਾ ਨਾਲ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਮਸਤਕ ਸਫਲਾ ਬਣਾਇਆ ਹੈ। ਸਤਿਗੁਰੂ ਜੀ ਔਰ ਗੁਰੂ ਰੂਪ ਸਾਹਿਬ ਸੰਗਤ ਦੇ ਦਰਸ਼ਨ ਕਰਕੇ ਆਪਣੇ ਨੇਤਰ ਪਵਿੱਤਰ ਕੀਤੇ ਹਨ। ਹੁਣ ਤੱਕ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਕੰਨਾਂ ਨੂੰ ਵੀ ਪਵਿੱਤਰ ਬਣਾ ਰਹੇ ਹਨ। ਰਸਨਾ ਦੀ ਸਫਲਤਾ ਵਾਸਤੇ ਵੀ ਆਪ ਸਭ ਗੁਰੂ ਹਮਾਈ ਭਾਈ ਗੁਰਬਾਣੀ ਦਾ ਗਾਇਨ ਕਰੋ। ਸਰ ਸੰਗਤ ਦਾ ਡਿਸਿਪਲਿਨ ਹੈ, ਸਰਬਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗੁਰਸਿੱਖ ਨੇ ਗੁਰੂ ਦਰਬਾਰ ਵਿੱਚ ਸਾਧ ਸੰਗਤ ਵਿੱਚ ਆ ਕੇ ਅੰਤਰਾਤਮੇ ਵੀ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਹੈ, ਜ਼ੁਬਾਨ ਨਾਲ ਵੀ ਉਸਦੇ ਨਾਮ ਦਾ ਉਚਾਰਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਅੰਤਰ ਗੁਰੂ ਆਰਾਧਨਾ ਜੇਬਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਓ। ਇਉਂ ਇਹਨਾਂ ਇੰਦਰੀਆਂ ਨੂੰ ਸਹੀ ਦਿਸ਼ਾ ਵੱਲ ਲਾ ਕੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਰਤਨਾ ਹੈ। ਔਰ ਜਦੋਂ ਆਪਾਂ ਐਸਾ ਕਰ ਲਿਆ ਫਿਰ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸਨਮਾਨ ਮਿਲੇਗਾ। ਉੱਥੇ ਵੀ ਰੇ ਰੇ ਦਰਗ ਹੈ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ। ਬਲਕਿ ਇੱਥੇ ਹੀ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੋਵੇਗਾ। ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਉਹ ਆਨੰਦ ਪ੍ਰਾਪਤ ਕਰਨ ਵਾਸਤੇ ਜਿਸ ਮਨੋਰਥ ਵਾਸਤੇ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਾਂ, ਸਾਰ ਸੰਗਤ ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਇਕਾਗਰ ਮਨ ਹੋ ਕੇ ਸੁਣਨੀ ਵੀ ਪਵੇਗੀ ਔਰ ਜ਼ਬਾਨ ਦੇ ਨਾਲ ਇਸਦਾ ਗਾਇਨ ਵੀ ਕਰਨਾ ਪਵੇਗਾ। ਇਹ ਤੇ ਸਾਡੇ ਵਾਸਤੇ ਸਤਿਗੁਰੂ ਜੀ ਦੀ ਆਗਿਆ ਹੈ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਸਭਨਾਂ ਵਾਸਤੇ ਹੀ ਹੈ, ਨਾ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਹੈ, ਨਾ ਉਹਨਾਂ ਨੂੰ ਆਗਿਆ ਜਿਹੜੇ ਇੱਥੇ ਸਟੇਜ ਤੇ ਬੈਠੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੁਕਮ ਤੇ ਸਾਰਿਆਂ ਵਾਸਤੇ ਹੀ ਹੈ। ਇਸ ਕਰਕੇ ਆਪਾਂ ਯਤਨ ਕਰੀਏ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ ਦਾ ਪਾਲਣ ਕੀਤਾ ਜਾਵੇ। ਇਹਦੇ ਨਾਲ ਆਲਸ ਵੀ ਨਹੀਂ ਆਵੇਗੀ, ਰਸਨਾ ਵੀ ਪਵਿੱਤਰ ਹੋਵੇਗੀ ਔਰ ਜੋ ਗੁਰਬਾਣੀ ਪੜ੍ਹਨ ਸੁਣਨ ਦਾ ਗੁਰਬਾਣੀ ਦੇ ਗਾਇਨ ਦਾ ਮਹੱਤਵ ਹੈ, ਕਈ ਕੋਟਕ ਜਗ ਫੁੱਲਾ ਸੁਣ ਗਾਵਣ ਹਾਰੇ ਰਾਮ, ਉਹ ਵੀ ਪ੍ਰਾਪਤ ਹੋਵੇਗਾ। ਨਾਲੇ ਆਪਾਂ ਤੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ਸਾਨੂੰ ਜਾਤ ਹੀ ਇਹ ਸਿਖਾਈ ਹੈ ਕਿ ਸ਼ਬਦ ਦਾ ਸਿੱਧੀਆਂ ਧਾਰਨਾ ਦੇ ਗਾਇਨ ਕਰਨਾ ਹੈ, ਜਿਸ ਦੁਆਰਾ ਸਾਰੀ ਸੰਗਤ ਦੀ ਰਸਨਾ ਪਵਿੱਤਰ ਹੋ ਜਾਵੇ
ਔਰ ਸਾਰੀ ਲਾਭ ਉਠਾ ਸਕਣ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਇਸ ਕਰਕੇ ਦੋਨੋਂ ਮਹਾਂਪੁਰਖਾਂ ਦੀ ਚਲਾਈ ਰਵਾਇਤ ਹੈ, ਉਹਦੀ ਚਲਾਈ ਪਰੰਪਰਾ ਹੈ, ਆਪਾਂ ਉਸਨੂੰ ਫੋਲੋ ਕਰਨ ਦਾ ਯਤਨ ਕਰੀਏ। ਫਿਰ ਇੱਕ ਵਾਰ ਯਤਨ ਕਰੋ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਸਤਿਗੁਰੂ ਜੀ ਤੇ ਬਾਰ ਬਾਰ ਸਾਨੂੰ ਮੁਖਾਤਬ ਹੋ ਕੇ ਕਿਤੇ ਸਿੱਧੇ ਤੌਰ 'ਤੇ ਕਿਤੇ ਇੰਦਰੀਆਂ ਦੁਆਰਾ ਸਾਨੂੰ ਐਸਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ ਕਿ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਹੋਰ ਜਿਤਨੇ ਵੀ ਸਾਧਨ ਹਨ ਜਾਂ ਉਸਦੀ ਪ੍ਰਾਪਤੀ ਵਾਸਤੇ ਉਸਦੇ ਮਿਲਾਪ ਵਾਸਤੇ ਵੀ ਜਿਤਨੇ ਕਰਮ ਕੀਤੇ ਜਾਂਦੇ ਹਨ, ਸਭ ਤੋਂ ਸ੍ਰੇਸ਼ਟ ਕਰਮ ਹੈ ਕਰਮਨ ਸਿਰ ਕਰਮ, ਉਸ ਪਰਮਾਤਮਾ ਦੀ ਕੀਰਤੀ, ਉਸਦਾ ਜਸ, ਉਸਦੀ ਵਡਿਆਈ, ਉਸਦੀ ਸਿਫਤ ਦਾ ਗਾਇਨ। ਹਰ ਜਸ ਰੇ ਮਨਾ ਗਾਏ ਲੈ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਸਾਨੂੰ ਇਹੋ ਹੀ ਨਸੀਹਤ ਦੇ ਰਹੇ ਹਰ ਜਸ ਰੇਮ ਨਾ ਗਾਇਦਾ
ਜੋ ਸੰਗੀ ਹੈ ਤੇਰੋ ਅਵਸਰ ਵੀ ਤੇ ਉਹ ਜਾਤ ਹੈ ਕਹਿਆ ਮਾਨ ਲੈ ਮੇਰੋ ਕਿਸਮ ਬੀਤਦਾ ਜਾ ਰਿਹਾ ਉਮਰ ਗੁਜ਼ਰਦੀ ਜਾ ਰਹੀ ਹੈ ਜਿਹੜਾ ਤੈਨੂੰ ਇਹ ਅਵਸਰ ਇਹ ਆਪਰਚੁਨਿਟੀ ਮਿਲੀ ਹੈ ਇਹ ਤੇਰੇ ਹੱਥੋਂ ਖੁਸ ਸਕਦੀ ਹੈ ਇਸ ਕਰਕੇ ਹਰੀ ਜਸ ਦਾ ਗਾਇਨ ਕਰ ਜਿਹੜਾ ਤੇਰਾ ਸਹਾਈ ਬਣੇਗਾ ਇੱਥੇ ਵੀ ਔਰ ਅੱਗੇ ਪ੍ਰਲੋਕ ਵਿੱਚ ਵੀ ਐਸਾ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਹਨ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਰਮਨ ਸਿਰ ਕਰਮਨ ਹੈ ਪਰ ਸਾਧ ਸੰਗਤ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ ਉਸਨੂੰ ਕਮਾਉਂਦਾ ਕੌਣ ਹੈ ਕੌਣ ਉਹਦੇ ਵਿੱਚ ਪ੍ਰਵਿਰਤ ਹੁੰਦਾ ਹੈ ਹਰ ਕੋਈ ਨਹੀਂ ਸਤਿਗੁਰੂ ਜੀ ਕਥਨ ਕਰ ਰਹੇ ਹਨ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਜਿਹਨਾਂ ਦੇ ਪੂਰਵਲੇ ਸੰਸਕਾਰ ਪ੍ਰਬਲ ਹੋਣ ਜਿਹਨਾਂ ਦੇ ਮਸਤਕ ਦੇ ਵੱਡੇ ਭਾਗ ਹੋਣ ਉਹ ਇਸ ਕਲਯੁਗ ਦੇ ਸਮੇਂ ਦੀ ਉੱਤੋਂ ਭਗਤੀ ਵਿੱਚ ਪ੍ਰਵਿਰਤ ਹੁੰਦੇ ਹਨ ਉਹ ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਖੱਟਦੇ ਹਨ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਏ ਭਉ ਜਗ ਬਿਖਵਾ ਸੁਗਾਹ ਗੁਰਸਬਦੀ ਪਾਰ ਪਾਹੇ ਜਿਨ ਕਹੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਕਲਯੁਗ ਦੇ ਸਮੇਂ ਦਾ ਸਤਿਗੁਰੂ ਜੀ ਨੇ ਵੱਡਾ ਪੁੰਨ ਹੀ ਇਹ ਬਿਆਨ ਕੀਤਾ ਹੈ ਕਿ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਜੇ ਗਾਇਨ ਕੀਤਾ ਜਾਵੇ ਗੁਣ ਜੀ ਗੋਬਿੰਦ ਕਲਯੁਗ ਵਿੱਚ ਹੋ ਪੁੰਨ ਗੁਣ ਨੀ ਗੋਬਿੰਦ ਦੇ ਗਾਈਏ ਕਲਯੁਗ ਵਿੱਚ ਹੋ ਪੁੰਨ ਜੀ ਇਹੋ ਪੁਰਾਣ ਹੈ
ਕੇ ਕੀਰਤਨ ਦੀ ਦਾਤ ਬਖਸ਼ਦੇ ਨੇ ਉਹਦਾ ਮਨ ਇਸ ਭਗਤੀ ਵਿੱਚ ਜੁੜਦਾ ਹੈ ਗੁਰੂ ਜੀ ਦੀ ਆਸੀਸ ਹੀ ਸਿੱਖ ਨੂੰ ਇਹ ਹੈ ਆਪਣੇ ਜਗਿਆਸੂ ਪੁੱਤਰਾਂ ਨੂੰ ਗੁਰਬਾਣੀ ਰੂਪੀ ਮਾਤਾ ਆਪਣਾ ਆਸ਼ੀਰਵਾਦ ਹੀ ਇਹ ਦੇ ਰਹੀ ਹੈ ਜਿਸ ਸਿਮਰਤ ਸਭ ਕਿਲਵਿਕ ਨਾਸੈ ਪਿਤਨੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਕੋ ਜਾ ਕਾ ਅੰਤ ਨਾ ਪਾਰੋ ਉਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰੂ ਤੁਮਕੋ ਹੋਏ ਦਯਾਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਉਹ ਸਾਰ ਤੰਗਤ ਕਿਸੇ ਦੇ ਘਰ ਸਤਿਗੁਰੂ ਜੀ ਤਰੁੱਟ ਕੇ ਰਹਿਮਤ ਦੇ ਘਰ ਵਿੱਚ ਆ ਕੇ ਚੰਗੀ ਦੀ ਦਾਤ ਬਖਸ਼ ਦੇਣ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਉਹ ਪਰਿਵਾਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੈ ਪਰ ਹੋਰ ਅਸਟਰਜ ਗੱਲ ਇਹ ਵੀ ਹੈ ਜਿਸਨੇ ਕੱਲ੍ਹ ਨੂੰ ਮਾਂ ਬਣਨਾ ਹੈ ਇਹੋ ਜਿਹੇ ਹੋਰ ਭੁਚੰਗੀਆਂ ਨੂੰ ਜਨਮ ਦੇਣਾ ਹੈ ਜੇ ਉਹਦਾ ਘਰ ਵਿੱਚ ਜਨਮ ਹੋ ਜਾਵੇ ਮਾਤਮ ਛਾ ਜਾਂਦਾ ਹੈ ਸਾਧ ਸੰਗ ਸਾਡੇ ਗੁਰੂ ਸਾਹਿਬਾਨ ਨੇ ਜਿੱਥੇ ਸਾਨੂੰ ਗੁਰਮਤ ਦ੍ਰਿੜ ਕਰਵਾਈ ਉੱਥੇ ਉਹ ਸਮਾਜਿਕ ਬੁਰਾਈਆਂ ਜਿਹੜੀਆਂ ਸਾਡੇ ਸਮਾਜ ਨੂੰ ਘੁਣੇ ਵਾਂਗ ਖਾ ਰਹੀਆਂ ਸਨ ਜਿਹਨਾਂ ਕਰਕੇ ਸਮਾਜ ਕਲੰਕਿਤ ਹੋ ਚੁੱਕਾ ਸੀ ਸਤਿਗੁਰੂ ਜੀ ਨੇ ਸਾਡਾ ਉਹਨਾਂ ਬੁਰਾਈਆਂ ਤੋਂ ਛੁਟਕਾਰਾ ਵੀ ਕਰਵਾਇਆ ਸਾਡੇ ਗੁਰੂ ਸਾਹਿਬਾਨ ਦੀ ਸੋਚ ਤੇ ਇਹ ਸੀ ਅੱਜ ਅਸੀਂ ਪ੍ਰਚਾਰ ਤੇ ਬੜਾ ਕਰਦੇ ਹਾਂ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਹਾਂ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਿ ਸਾਡੇ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਸੰਸਾਰ ਨੂੰ ਇਹ ਸੰਦੇਸ਼ ਦੇ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸੰਦੇਸ਼ ਦੇ ਗਏ ਪਰ ਅਸੀਂ ਉਹਨਾਂ ਦਾ ਸੰਦੇਸ਼ ਕਿੰਨਾ ਕੁ ਫਾਲੋ ਕੀਤਾ ਕਿੰਨਾ ਕੁ ਮੰਨਿਆ ਕਿੰਨਾ ਕੁ ਉਹਦੇ ਉੱਪਰ ਅਮਲ ਕੀਤਾ ਹੈ
ਸਾਰਾ ਸੰਗ ਦੂਸਰਿਆਂ ਵੱਲ ਦੇਖਣ ਦੀ ਜ਼ਰੂਰਤ ਨਹੀਂ, ਆਪਾਂ ਆਪਣੇ ਆਪਣੇ ਅੰਦਰ ਹੀ ਚਾਤੀ ਮਾਰ ਲਈਏ। ਜੇ ਸਤਿਗੁਰੂ ਜੀ ਨੇ ਤਰੁੱਟ ਕੇ ਭਟੰਗੀ ਦੀ ਬੱਚੇ ਦੀ ਦਾਤ ਬਖਸ਼ ਦਿੱਤੀ, ਫਿਰ ਤੇ ਅਸੀਂ ਅਖੰਡ ਪਾਠ ਵੀ ਕਰਵਾਉਂਦੇ ਹਾਂ, ਕੀਰਤਨ ਵੀ ਕਰਵਾਉਂਦੇ ਹਾਂ, ਬਹੁਤ ਸਾਰੇ ਲੋਕ ਹੋਰ ਵੀ ਰੰਗ ਤਮਾਸ਼ੇ ਕਰਵਾਉਂਦੇ ਨੇ, ਬੜਾ ਖਰਚ ਹੁੰਦਾ ਹੈ। ਭਾਵੇਂ ਉਹ ਗੱਲਾਂ ਗੁਰਮਤਿ ਤੋਂ ਕਰੋੜਾਂ ਕੋ ਦੂਰ ਨੇ, ਪਰ ਇੱਕ ਗੱਲ ਤੇ ਸਪਸ਼ਟ ਹੈ ਕਿ ਸਾਡੇ ਮਨ ਵਿੱਚ ਖੁਸ਼ੀ ਹੁੰਦੀ ਹੈ। ਜੇ ਘਰ ਵਿੱਚ ਬੱਚੀ ਦਾ ਜਨਮ ਹੋਵੇ ਜੇ ਤੇ ਫਿਰ ਵੀ ਸਾਡੇ ਮਨ ਵਿੱਚ ਓਨੀ ਹੀ ਖੁਸ਼ੀ ਹੈ। ਉਹ ਸਾਰ ਤੰਗ ਫਿਰ ਤੇ ਸਮਝ ਲਓ ਵੀ ਅਸੀਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੰਦੇਸ਼ ਆਪਣੇ ਹਿਰਦੇ ਅੰਦਰ ਸਾਂਭ ਲਿਆ ਹੈ। ਜੇ ਗੱਲਾਂ ਕਰਨ ਦੀਆਂ ਕੁਝ ਹੋਰ ਨੇ ਔਰ ਕਮਾਉਣ ਦੀਆਂ ਕੁਝ ਹੋਰ, ਸਾਰਥੰਗ ਫਿਰ ਤੇ ਸਾਡਾ ਸ਼ੁਮਾਰ, ਸਾਡੀ ਗਿਣਤੀ ਕੱਚਿਆਂ ਵਿੱਚ ਹੈ। ਕੱਚਿਆਂ ਵਿੱਚ ਦਿਲੋਂ ਮੁਹੱਬਤ ਜਿਹਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਸਾਡੇ ਮਨ ਵਿੱਚ ਕੁਝ ਹੋਰ ਹੈ ਔਰ ਜ਼ਬਾਨ ਤੇ ਕੁਝ ਹੋਰ ਹੈ। ਡੀਂਗਾਂ ਤੇ ਅਸੀਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਹਾਂ, ਪਰ ਜਿਹੜੀ ਹਕੀਕਤ ਹੈ ਉਹ ਸਾਰ ਤੰਗ ਨਾ ਤੁਹਾਡੇ ਕੋਲੋਂ ਚੁੱਪੀ ਹੈ ਨਾ ਮੇਰੇ ਕੋਲੋਂ ਚੁੱਪੀ ਹੈ, ਉਹ ਤੁਸੀਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ। ਖੈਰ ਧਿਆਨ ਦਿਓ, ਜਦੋਂ ਘਰ ਵਿੱਚ ਭਟੰਗੀ ਦੀ ਬਖਸ਼ਿਸ਼ ਹੋਈ ਹੋਵੇ ਜਾਂ ਬੀਜ ਨਾਸ ਨੇ ਬਹੁਤ ਸਾਰੇ ਗੁਰਮੁਖ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਬੱਚੇ ਦੀ ਦਾਤ ਬਖਸ਼ੀ, ਤਾਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ। ਕੀਰਤਨ ਹੁੰਦਾ ਹੈ ਔਰ ਰਾਗੀ ਸਿੰਘਾਂ ਤੋਂ ਉਚੇਚੇ ਤੌਰ ਤੇ ਇਹ ਸ਼ਬਦ ਪੜਵਾਇਆ ਜਾਂਦਾ ਹੈ ਆਸੀਸ ਦਾ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਜੀ ਕੀ ਆਸੀਸ ਦਿੰਦੇ ਨੇ, ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਪਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਤੈਨੂੰ ਕੀਰਤਨ ਦਾ ਭੋਜਨ ਨਿਤ ਪ੍ਰਾਪਤ ਹੋਵੇ। ਰੋਜ਼ ਗੁਰਬਾਣੀ ਦੇ ਕੀਰਤਨ ਨਾਲ ਜੁੜੇ, ਕੀਰਤਨ ਤੇਰੀ ਰੂਹ ਦੀ ਖੁਰਾਕ ਬਣ ਜਾਵੇ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਉਹ ਸਾਰਤੰਗ ਕਹਿਣ ਨੂੰ ਤੇ ਆਪਾਂ ਇਸ ਕੀਰਤਨ ਭਗਤੀ ਦੇ ਉਪਾਸ਼ਕ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਹਕੀਕਤ ਇਹ ਹੈ ਜੇ ਕਿਸੇ ਦਾ ਬੱਚਾ, ਉਸਦਾ ਕੋਈ ਪੂਰਵਲਾ ਸੰਸਕਾਰ ਜਾਗ ਪਵੇ, ਉਸਨੂੰ ਸ਼ੌਕ ਲੱਗ ਜਾਵੇ ਕੀਰਤਨ ਸਿੱਖਣ ਦਾ, ਸਾਨੂੰ ਤੇ ਫਿਕਰ ਪੈ ਜਾਂਦਾ ਹੈ ਜੇ ਇਹਨੇ ਇਸ ਉਮਰ ਵਿੱਚ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ, ਪੜ੍ਹਾਈ ਕਿਹੜੇ ਵੇਲੇ ਕਰੇਗਾ? ਸਾਡਾ ਬੱਚਾ ਡਾਕਟਰ ਬਣਨਾ ਚਾਹੀਦਾ ਤੇ ਇੰਜੀਨੀਅਰ ਬਣਨਾ ਚਾਹੀਦਾ ਤੇ ਬਿਜ਼ਨਸਮੈਨ ਬਣਨਾ ਚਾਹੀਦਾ ਤੇ ਵਕੀਲ ਬਣਨਾ ਚਾਹੀਦਾ। ਉਹ ਸਾਰਥਕ ਇਹਨਾਂ ਗੱਲਾਂ ਦੀ ਸਾਨੂੰ ਬੜੀ ਚਿੰਤਾ ਹੈ। ਸਾਡਾ ਬੱਚਾ ਕੀਰਤਨੀਆਂ ਨਹੀਂ ਬਣਨਾ ਚਾਹੀਦਾ, ਕਿਤੇ ਵਿਹਲੜ ਬੰਦਿਆਂ ਦਾ ਕੰਮ ਹੈ। ਪੜ੍ਹਾ ਜ਼ਰੂਰ ਦਿੰਦੇ ਆ ਰਾਗੀ ਸਿੰਘਾਂ ਦੇ ਪਾਸੋਂ,
ਭਾਈ ਸਾਹਿਬ ਜੀ ਆ ਆਸੀਸ ਦਾ ਸ਼ਬਦ ਜ਼ਰੂਰ ਪੜ੍ਹੋ। ਸਤਿਗੁਰੂ ਜੀ ਨੇ ਆਸੀਸ ਦੇ ਦਿੱਤੀ ਆ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਪਰ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਸਾਡੇ ਬੱਚੇ ਗੁਰਬਾਣੀ ਦੇ ਨਿਤਨੇਮੀ ਹੋਣ, ਸਾਡੇ ਬੱਚਿਆਂ ਨੂੰ ਕੀਰਤਨ ਕਰਨ ਦੀ ਜਾਚ ਆਉਂਦੀ ਹੋਵੇ। ਉਹ ਸਾਰਤੰਗ ਜਦੋਂ ਅਸੀਂ ਇਸ ਗੱਲ ਨੂੰ ਰੀਅਲਾਈਜ਼ ਕਰ ਲਿਆ, ਸਾਡੇ ਮਨ ਵਿੱਚ ਇਹ ਗੱਲ ਦ੍ਰਿੜ ਹੋ ਗਈ ਕਿ ਸਾਡੇ ਬੱਚੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਤੇ ਉਦੋਂ ਬਣਨਗੇ। ਉਹ ਠੀਕ ਹੈ, ਸਾਡਾ ਫਰਜ਼ ਹੈ ਆਪਣੇ ਬੱਚਿਆਂ ਨੂੰ ਅੱਛੀ ਤੋਂ ਅੱਛੀ ਤਾਲੀਮ ਦਿਵਾਉਣੀ, ਤਾਂ ਜੋ ਕਿਉਂਕਿ ਜ਼ਮਾਨਾ ਹੀ ਤਾਲੀਮ ਦਾ ਹੈ, ਐਜੂਕੇਸ਼ਨ ਦਾ ਹੈ, ਦੁਨੀਆਂ ਦੇ ਵੱਡੇ ਤੋਂ ਵੱਡੇ ਮੁਰਾਤਬੇ ਹਾਸਲ ਕਰ ਸਕਣ। ਇਸ ਗੱਲ ਦੀ ਜ਼ਰੂਰ ਚਿੰਤਾ ਹੋਣੀ ਚਾਹੀਦੀ ਹੈ, ਪਰ ਜਿਹੜੀ ਸਤਿਗੁਰੂ ਜੀ ਦੀ ਆਸੀਸ ਤੇ ਉਦੋਂ ਫਲੀਭੂਤ ਹੋਵੇਗੀ ਜਦੋਂ ਸਾਡਾ ਬੱਚਾ ਬੱਚਾ ਗੁਰਬਾਣੀ ਦਾ ਕੀਰਤਨ ਕਰਦਾ ਹੋਵੇਗਾ, ਉਹਨਾਂ ਦੇ ਮਨ ਵਿੱਚ ਸ਼ੌਕ ਹੋਵੇਗਾ ਕੀਰਤਨ ਦਾ। ਤਾਂ ਤੇ ਜਦੋਂ ਸਤਿਗੁਰੂ ਜੀ ਤਰੁੱਟਦੇ ਨੇ, ਰਹਿਮਤ ਦੇ ਘਰ ਵਿੱਚ ਆਉਂਦੇ ਨੇ, ਉਹ ਆਪਣੇ ਜਗਿਆਸੂ ਰੂਪੀ ਪੁੱਤਰਾਂ ਨੂੰ ਇਹ ਆਸੀਸ ਦਿੰਦੇ ਨੇ, ਸਤਿਗੁਰ ਤੁਮਕੋ ਹੋਏ ਦਯਾਲਾ ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤੁਮਾਸਾ ਪੂਰਨ ਆਸਾ ਕਦੇ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੈ ਚਾਦਰ ਘੁਮਾਉਂਦਾ। ਐ ਗੁਰੂ ਸਿੱਖੋ, ਵੀ ਤੁਸੀਂ ਰੋਜ਼ਾਨਾ ਕੁਝ ਵਕਤ ਕੱਢ ਕੇ ਗੁਰਬਾਣੀ ਦੇ ਕੀਰਤਨ ਦੇ ਨਾਲ ਵੀ ਜੁੜਨ ਦਾ ਯਤਨ ਕਰੋ। ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਵੀ ਖੱਟੋ, ਔਰ ਜਦੋਂ ਸਾਰ ਸੰਗਤ ਨੂੰ ਜੁੜ ਮਿਲ ਕੇ ਗੁਰਬਾਣੀ ਦਾ ਗਾਇਨ ਕਰੋਗੇ ਤੇ ਤੁਸੀਂ ਕਲਯੁਗ ਦੇ ਪ੍ਰਭਾਵ ਤੋਂ ਵੀ ਬਚੇ ਰਹੋਗੇ। ਕਲਯੁਗ ਦੀ ਕੀ ਔਕਾਤ ਹੈ ਕਿ ਉਹ ਤੁਹਾਡੀ ਬੁੱਧ ਨੂੰ ਵੀ ਪਰਜੈ ਕਰ ਸਕੇ। ਧੰਨ ਸੋ ਕਲਯੁਗ ਸਾਰ ਸੰਗ ਕੀਰਤਨ ਗਾਈ ਹੈ। ਕਲਯੁਗ ਦਾ ਸਮਾਂ ਵੀ ਧੰਨਤਾ ਯੁੱਗ ਬਣ ਜਾਂਦਾ ਹੈ ਜਦੋਂ ਗੁਰਸਿੱਖ ਜੁੜ ਮਿਲ ਕੇ ਗੁਰਬਾਣੀ ਦਾ ਗਾਇਨ ਕਰਦੇ ਹਨ। ਧੰਨ ਸੋ ਕਲਯੁਗ ਸਾਰ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀ ਹੋ। ਇਹ ਕਲਯੁਗ ਦੇ ਸਮੇਂ ਦੀ ਪ੍ਰਧਾਨ ਭਗਤੀ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗੈ ਪਤ ਸਿਉ ਜਾਏਗਾ। ਕੀਰਤਨ ਪ੍ਰਧਾਨਾ ਕਲਯੁਗ ਕੀਰਤਨ ਪ੍ਰਧਾਨਾ ਕਲਯੁਗ ਕੀਰਤਨ ਪ੍ਰਧਾਨਾ
ਸਾਰ ਸੰਗਤ ਦੇਖੋ ਜਿਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਨਾ ਉਹਨਾਂ ਨੂੰ ਸਤਿਗੁਰੂ ਜੀ ਦੀ ਇਹ ਆਸੀਸ ਸੀ ਆ ਜਿਹੜਾ ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਹੈ ਇਹ ਬੜਾ ਪੁਰਾਤਨ ਹੈ ਤਕਰੀਬਨ 100 ਸਾਲ ਤੋਂ ਜ਼ਿਆਦਾ ਹੋ ਗਏ ਨੇ ਇਸ ਗੁਰਦੁਆਰੇ ਨੂੰ ਬਣਿਆ ਵੱਡੇ ਸੰਤ ਜੀ ਮਹਾਰਾਜ ਇੱਥੇ ਬਚਪਨ ਦੀ ਅਵਸਥਾ ਵਿੱਚ ਸਨ ਜਾਂ ਕਿਸ਼ੋਰ ਅਵਸਥਾ ਵਿੱਚ ਸਨ ਅਤੇ ਮਾਡਲ ਸਕੂਲ 'ਚ ਪੜ੍ਹਦੇ ਸਨ ਉਦੋਂ ਇੱਥੇ ਆ ਕੇ ਗੁਰਬਾਣੀ ਦੇ ਕੀਰਤਨ 'ਚ ਜੁੜਿਆ ਕਰਦੇ ਬਚਪਨ ਤੋਂ ਹੀ ਸ਼ੌਕ ਸੀ ਕੀਰਤਨ ਦੇ ਨਾਲ ਔਰ ਨਾਲ ਉਹਨਾਂ ਨੂੰ ਤਾਂ ਵਰਦਾਨ ਮਿਲਿਆ ਜਦੋਂ ਆਪ ਨੂੰ ਤੋਪਖਾਨੇ ਦੇ ਫੌਜੀਆਂ ਦੇ ਪਾਸੋਂ ਜਿਹਨਾਂ ਵਿੱਚ ਆਪਣੇ ਛੋਟੇ ਸੰਤ ਜੀ ਮਹਾਰਾਜ ਵੀ ਸਨ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਉਹਨਾਂ ਦੀ ਵਡਿਆਈ ਸੁਣਨ ਦਾ ਅਵਸਰ ਮਿਲਿਆ ਉਹਨਾਂ ਦੇ ਮਨ ਵਿੱਚ ਵੀ ਸ਼ੌਕ ਜਾਗਿਆ ਉਹਨਾਂ ਦਾ ਮਨ ਵੀ ਉਹਨਾਂ ਦੇ ਦਰਸ਼ਨਾਂ ਵਾਸਤੇ ਕਾਲਾ ਪੈ ਗਿਆ ਉਹਨਾਂ ਦੀ ਭੂਆ ਦੇ ਪੁੱਤਰ ਭਰਾ ਗਾਰਡੀਅਨ ਸਾਹਿਬ ਸਰਦਾਰ ਦਲੀਪ ਸਿੰਘ ਉਹਨਾਂ ਨੇ ਵੀ ਆਪ ਨੂੰ ਪ੍ਰੇਰਿਆ ਕਿ ਤੁਸੀਂ ਜਾ ਕੇ ਰੇਰੂ ਸਾਹਿਬ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਦੇ ਦਰਸ਼ਨ ਕਰੋ ਪਹਿਲੀ ਵਾਰ ਬਾਬਾ ਹੀਰਾ ਸਿੰਘ ਆਪ ਨੂੰ ਰੇਰੂ ਸਾਹਿਬ ਲੈ ਕੇ ਗਿਆ ਉੱਥੇ ਜਾ ਕੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਦਰਸ਼ਨਾਂ ਤੋਂ ਉਹਨਾਂ ਦੀ ਸ਼ਖਸੀਅਤ ਤੋਂ ਇਤਨੇ ਪ੍ਰਭਾਵਿਤ ਹੋਏ ਸਭ ਤੋਂ ਪਹਿਲਾਂ ਗੁਰਮਤਿ ਦੇ ਦਾਇਰੇ ਦੇ ਆਉਣ ਵਾਸਤੇ ਖੰਡੇ ਬੱਟੇ ਦਾ ਅੰਮ੍ਰਿਤ ਛਕਿਆ ਗਰਮੀ ਦੀਆਂ ਛੁੱਟੀਆਂ ਸਨ ਤਕਰੀਬਨ 2-2.5 ਮਹੀਨੇ ਉੱਥੇ ਰਹਿ ਕੇ ਸੇਵਾ ਕੀਤੀ ਲੱਗ ਗਿਆ ਯਾਦ ਭਾਵੇਂ ਵਾਪਸ ਤੇ ਆਉਣਾ ਨਹੀਂ ਸਨ ਚਾਹੁੰਦੇ ਪਟਿਆਲੇ ਪਰ ਗਾਰਡੀਅਨ ਸਾਹਿਬ ਦੇ ਬੇਨਤੀ ਕਰਨ ਤੋਂ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਵੀ ਜੇ ਤੇਰੀ 10ਵੀਂ ਦੀ ਪੜ੍ਹਾਈ ਹੈ ਪਹਿਲਾਂ 10ਵੀਂ ਦਾ ਇਮਤਿਹਾਨ ਦੇ ਖੈਰ ਵਾਪਸ ਆ ਤੇ ਗਏ ਪਰ ਮਨ ਤੇ ਉੱਥੇ ਹੀ ਆ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਹੁਣ ਇੱਥੇ ਤੇ ਕਲਾਸ ਰੂਮ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੀ ਹੁੰਦੇ ਨੇ ਫਿਰ 10ਵੀਂ ਦਾ ਇਮਤਿਹਾਨ ਵੀ ਦੇ ਦਿੱਤਾ ਫਿਰ ਚਲੇ ਗਏ ਰੇਰੂ ਸਾਹਿਬ ਉੱਥੇ ਜਾ ਕੇ ਗੁਰੂ ਘਰ ਦੀ ਕੀਤੀ ਬੜੀ ਅਣਥੱਕ ਸੇਵਾ ਘਰ ਦੀ ਮਹਾਨ ਘਾਲਣਾ ਬੰਦਗੀ ਦਾ ਔਰ ਸੇਵਾ ਦਾ ਇੰਨਾ ਸ਼ੌਕ ਨਾ ਖਾਣ ਦੀ ਪ੍ਰਵਾਹ ਨਾ ਪੀਣ ਦੀ ਨਾ ਪਹਿਨਣ ਦੀ ਸਰੀਰ ਦੁਬਲਾ ਕਮਜ਼ੋਰ ਹੁੰਦਾ ਚੱਲਿਆ ਗਿਆ ਅਖੀਰ ਉਹਨਾਂ ਨੂੰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ
ਕਾਕਾ ਤਪ ਤੇ ਹੁਣ ਤੱਕ ਅਸੀਂ ਬਹੁਤ ਕੀਤਾ ਹੈ, ਅਸੀਂ ਤੇ ਹੁਣ ਤੱਕ ਇਹ ਖਜ਼ਾਨਾ ਸਾਂਭ ਸਾਂਭ ਕੇ ਰੱਖਿਆ ਹੈ। ਤੇਰੇ ਕੋਲੋਂ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ, ਤਾਂ ਕੀਰਤਨ ਦੁਆਰਾ ਇਹ ਖਜ਼ਾਨਾ ਸੰਗਤਾਂ ਵਿੱਚ ਵੰਡਣਾ ਹੈ। ਸੋ ਆਪ ਪ੍ਰੇਰਨਾ ਦਿੱਤੀ, ਆਪ ਹਾਰਮੋਨੀਅਮ ਤੇ ਹੱਥ ਰਖਾਏ, ਸ਼ੌਕ ਤੇ ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ, ਤੇ ਪਿੱਛੇ ਪਟਿਆਲੇ ਤੋਂ ਹੀ ਸੀ, ਹੁਣ ਤੇ ਮਹਾਂਪੁਰਖਾਂ ਦਾ ਹੁਕਮ ਹੋ ਗਿਆ, ਉਹਨਾਂ ਦਾ ਆਸ਼ੀਰਵਾਦ ਮਿਲ ਗਿਆ, ਸਾਰਥਕ ਆਪ ਨੂੰ ਉਹਨਾਂ ਮਹਾਂਪੁਰਖਾਂ ਕੋਲੋਂ ਵੀ ਇਹ ਦਾਤ ਵਰਦਾਨ ਵਜੋਂ ਮਿਲੀ। ਇਸੇ ਤਰ੍ਹਾਂ ਜਦੋਂ ਮਸਤਵਾਣੇ ਵਾਲੇ ਮਹਾਂਪੁਰਖਾਂ ਦਾ ਮਿਲਾਪ ਹੋਇਆ, ਤੱਕ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉੱਥੇ ਵੀ ਉਹਨਾਂ ਮਹਾਂਪੁਰਖਾਂ ਨੇ ਸੰਤ ਬਾਬਾ ਤਰਸਨ ਜੀ ਮਹਾਰਾਜ ਮਸਤਵਾਣੇ ਵਾਲਿਆਂ ਨੇ ਆਪ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਵਚਨ ਕੀਤਾ, ਇਸ ਭਟੰਗੀ ਤੋਂ ਗੁਰੂ ਨਾਨਕ ਨੇ ਕੀਰਤਨ ਦੀ ਸੇਵਾ ਲੈਣੀ ਹੈ। ਇਹਦਾ ਕੀਰਤਨ ਸੁਣਨ ਵਾਸਤੇ ਵੱਡੇ ਵੱਡੇ ਰਾਜੇ ਮਹਾਰਾਜੇ ਵਜ਼ੀਰ ਵੱਡੇ ਵੱਡੇ ਦੁਨੀਆਦਾਰ ਬੜੇ ਉਤਾਵਲੇ ਹੋਇਆ ਕਰਨਗੇ, ਵੀਰਾਂ ਕੱਤ ਕੇ ਆਇਆ ਕਰਨਗੀਆਂ ਇਹਨਾਂ ਦਾ ਕੀਰਤਨ ਸੁਣਨ ਵਾਸਤੇ ਸੰਗਤਾਂ। ਕੀਰਤਨ ਦੁਆਰਾ ਇਹਨਾਂ ਨੇ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਜਾ ਕੇ ਪਹੁੰਚਾਉਣਾ ਹੈ। ਸਾਰ ਸੰਗਤ ਕੀਰਤਨ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਔਰ ਉਹਨਾਂ ਨੇ ਕੀਰਤਨ ਵੀ ਐਸਾ ਕੀਤਾ ਜਿਹੜਾ ਆਪਣੀ ਮਿਸਾਲ ਆਪ ਹੀ ਸੀ। ਉਹਨਾਂ ਦੀ ਮਿੱਠੀ ਜ਼ਬਾਨ ਜਾਂ ਜ਼ਬਾਨ ਦਾ ਰਸ ਜਾਂ ਸੁੰਦਰ ਵਿਖਿਆਨ, ਉਹ ਸਾਰਥਕ ਦੇ ਗੱਲਾਂ ਤੇ ਆਪਣੀ ਮਿਸਾਲ ਆਪ ਹੈ ਹੀ ਸਨ। ਸਭ ਤੋਂ ਵਿਸ਼ੇਸ਼ ਗੱਲ ਉਹਨਾਂ ਨੇ ਕੀਰਤਨ ਕੀਤਾ ਨਿਰਛਤ ਹੋ ਕੇ, ਨਿਸ਼ਕਾਮ ਹੋ ਕੇ, ਆਪਣੀ ਵਡਿਆਈ ਪ੍ਰਤਿਸ਼ਠਾ ਵਾਸਤੇ ਕੀਰਤਨ ਨਹੀਂ ਕੀਤਾ, ਵੀ ਸੰਗਤ ਨੂੰ ਸੁਣਾਉਣ ਵਾਸਤੇ ਦੁਨੀਆਂ ਦੀ ਵਾਹ 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 ਲੈਣ ਲਈ ਕੀਰਤਨ ਕਰਦੇ ਹੋਣ। ਉੱਥੇ ਕਈ ਵਾਰ ਆਪਣੀ ਮੌਜ ਵਿੱਚ ਆ ਕੇ ਸਾਰੀ ਸਾਰੀ ਰਾਤ ਕੀਰਤਨ ਕਰਦੇ, ਭਾਵੇਂ ਕਿ ਸਰੋਤਾ ਹੁੰਦਾ ਭਾਵੇਂ ਨਾ, ਜਦੋਂ ਉਹਨਾਂ ਦੇ ਨਾਲ ਦੇ ਜਥੇਰੇ ਸਿੰਘਾਂ ਨੇ ਬੇਨਤੀ ਕਰਨੀ ਕਿ ਮਹਾਰਾਜ ਸੰਗਤ ਤੇ ਸਾਰੀ ਵਾਪਸ ਜਾ ਚੁੱਕੀ ਹੈ, ਟਾਵੇਂ ਟਾਵੇਂ ਰਹਿ ਗਏ ਨੇ, ਥੋੜ੍ਹੀ ਦੇਰ ਬਾਅਦ ਇਹਨਾਂ ਨੇ ਜਾ ਤੇ ਸੌਂ ਜਾਣਾ, ਨਹੀਂ ਉੱਠ ਕੇ ਵਾਪਸ ਚਲੇ ਜਾਣਗੇ, ਇਸ ਕਰਕੇ ਹੋਵੇ ਨਾ ਹੁਣ ਆਪਾਂ ਕੀਰਤਨ ਦਾ ਭੋਗ ਪਾ ਦੇਈਏ, ਅੰਮ੍ਰਿਤ ਵੇਲੇ ਫਿਰ ਸਵਾਗਤ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਣਾ। ਪਰ ਸੰਤ ਜੀ ਮਹਾਰਾਜ ਨੇ ਵਚਨ ਕਰਨਾ ਵੀ ਅਸੀਂ ਕੀਰਤਨ ਜਿਹੜੇ ਪਹਿਲਾਂ ਬੈਠੇ ਸਨ ਉਹਨਾਂ ਨੂੰ ਸੁਣਾਉਣ ਵਾਸਤੇ ਨਹੀਂ ਸੀ ਕਰ ਰਹੇ, ਔਰ ਜਿਹੜੇ ਹੁਣ ਬੈਠੇ ਨੇ ਇਹਨਾਂ ਨੂੰ ਸੁਣਾਉਣ ਵਾਸਤੇ ਅਸੀਂ ਕੀਰਤਨ ਨਹੀਂ ਕਰ ਰਹੇ। ਅਸੀਂ ਤੇ ਕੀਰਤਨ ਨੂੰ ਸਮਾਧੀ ਰੂਪ ਜਾਣ ਕੇ, ਕੀਰਤਨ ਨੂੰ ਭਗਤੀ ਜਾਣ ਕੇ, ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਸਮਝ ਕੇ ਇਸ ਭਗਤੀ ਵਿੱਚ ਪ੍ਰਵਿਰਤ ਹੁੰਦੇ ਹਾਂ। ਹੋਰ ਸਾਡਾ ਕੋਈ ਮਨੋਰਥ ਨਹੀਂ, ਸਾਰਥਕ ਨੂੰ ਮਾਇਆ ਵਾਸਤੇ ਉਹਨਾਂ ਨੇ ਕੀਰਤਨ ਨਹੀਂ ਕੀਤਾ, ਕਦੀ ਆਪਣੇ ਵਾਜੇ ਦੇ ਉੱਪਰ ਕਦੀ ਹਾਰਮੋਨੀਅਮ ਤੇ ਮਾਇਆ ਨਹੀਂ ਰਖਾਈ, ਕਦੀ ਸੌਦੇਬਾਜ਼ੀ ਨਹੀਂ ਕੀਤੀ, ਕੀਰਤਨ ਕੀਤਾ ਨਿਰਛਤ ਹੋ ਕੇ, ਨਿਰਸੰਕਲਪ ਹੋ ਕੇ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਰਮਿਤ ਜਿਤ ਛੂਟੈ ਹੈ। ਦੇਖੋ ਕਿੰਨੀ ਵਡਿਆਈ ਹੈ ਇਸ ਕੀਰਤਨ ਦੀ, ਛਿਨ ਮਾਤਰ ਵੀ ਮਨ ਜੁੜ ਜਾਵੇ ਨਾ ਇਹੋ ਜਿਹੇ ਕੀਰਤਨ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾਅਵੇ ਨਾਲ ਕਹਿ ਰਹੇ ਨੇ, ਭਾਵੇਂ ਕਰਨ ਵਾਲੇ ਦਾ ਭਾਵੇਂ ਸੁਣਨ ਵਾਲੇ ਦਾ, ਜੇ ਛਿਨ ਮਾਤਰ ਵਾਸਤੇ ਵੀ ਮਨ ਜੁੜ ਗਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਨੇ, ਬੰਧਨਾ ਤੋਂ ਆਵਾਗਾਉਣ ਤੋਂ ਛੁਟਕਾਰਾ ਹੋ ਜਾਂਦਾ ਹੈ, ਨਿਮਕ ਸਿਮਰਤ ਜਿੱਤ ਛੁੱਟਾ। ਐਸੇ ਕੀਰਤਨ ਨੂੰ ਸਤਿਗੁਰੂ ਜੀ ਵਡਿਆਈ ਦੇ ਰਹੇ ਨੇ। ਹਰ ਕੀਰਤ
ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਹਰ ਕੀਰਤ ਸਾਲ ਸੰਗਤ ਹੈ ਹਰ ਕੀਰਤ ਸਾਲ ਸੰਗਤ ਹੈ ਹਰ ਕੀਰਤ ਸਾਲ ਸੰਗਤ ਹਰ ਕੀਰਤ ਸਾਲ ਸੰਗਤ ਹੈ ਹਰ ਕੀਰਤ ਸਾਰ ਹਰ ਕੀਰਤ ਸਾਰ ਸੰਗਤ ਹੈ ਕਰਮਲ ਮੇ ਕਰਮਾ ਹਰ ਕੀਰਤ ਸਾਰ ਹਰ ਕੀਰਤ ਸਾਰ ਸੰਗਤ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਇਹੋ ਜਿਹਾ ਕੀਰਤਨ ਜਿਨ੍ਹਾਂ ਨੇ ਸੁਣਿਆ ਉਹ ਭਲੀ ਪ੍ਰਕਾਰ ਜਾਣਦੇ ਨੇ ਉਸ ਆਨੰਦ ਨੂੰ ਜਾਂ ਉਸ ਰਸ ਨੂੰ ਕਹਿ ਦੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਸੀ ਸਾਰਥੰਗ ਆਮ ਇਨਸਾਨਾਂ ਦਾ ਤੇ ਕਹਿਣਾ ਹੀ ਕੀ ਹੈ ਉਹਨਾਂ ਦੇ ਕੀਰਤਨ ਉੱਪਰ ਤੇ ਪਸ਼ੂ ਪੰਛੀ ਵੀ ਮੋਹਿਤ ਹੋ ਜਾਂਦੇ ਜਦੋਂ ਉਹਨਾਂ ਨੇ ਰਾੜਾ ਸਾਹਿਬ ਦੀ ਟੱਕੀ ਵਿੱਚ ਪਹਿਲਾਂ ਡੇਰਾ ਕੀਤਾ ਕਈ ਵਾਰ ਜਦੋਂ ਸੰਤ ਜੀ ਮਹਾਰਾਜ ਕੀਰਤਨ ਕਰਦੇ ਬਹੁਤ ਸਾਰੇ ਉਸ ਢੱਕ ਦੇ ਵਿੱਚੋਂ ਜਾਨਵਰ ਕਈ ਵਾਰ ਖੂਨ ਖਾਰ ਬੜੀ ਜ਼ਹਿਰੀਲੇ ਸੱਪ ਵੀ ਆ ਜਾਂਦੇ ਪਰ ਸੰਤ ਜੀ ਮਹਾਰਾਜ ਦਾ ਐਸਾ ਹੁਕਮ ਸੀ ਵੀ ਤੁਸੀਂ ਕਿਸੇ ਦੇ ਉੱਪਰ ਕੋਈ ਪ੍ਰਹਾਰ ਨਹੀਂ ਕਰਨਾ ਕੋਈ ਸ਼ਰਾਪੀਆਂ ਰੂਹਾਂ ਨੇ ਸਬਬ ਬਣ ਗਿਆ ਇਹਨਾਂ ਦੇ ਉਧਾਰ ਦਾ ਗੁਰੂ ਕੀ ਪਵਿੱਤਰ ਬਾਣੀ ਦੁਆਰਾ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਇਸ ਪਰਮਾਤਮਾ ਦੇ ਗੁਣਾਂ ਨੂੰ ਉਸਦੀ ਸਿਫਤ ਨੂੰ ਗਾਉਣ ਵਾਲੇ ਵੀ ਔਰ ਸੁਣਨ ਵਾਲੇ ਵੀ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਧਨੇਰੇ ਔਰ ਬਰਕਤ ਇਹਦੇ ਵਿੱਚ ਐਸੀ ਹੈ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰ ਕਈ ਵਾਰ ਆਸਮਾਨ ਵਿੱਚ ਉੱਡਣ ਵਾਲੇ ਪੰਛੀ ਉਹ ਵੀ ਆਪਣਾ ਸੁਭਾਅ ਭੁੱਲ ਜਾਂਦੇ ਰਾੜਾ ਸਾਹਿਬ ਦੇ ਨਜ਼ਦੀਕ ਇੱਕ ਮੋਮਨਾਬਾਦ ਨਗਰ ਹੈ ਉੱਥੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਆਖਰੀ ਸ਼ਲੋਕ ਸੰਤ ਜੀ ਮਹਾਰਾਜ ਪੜ੍ਹਿਆ ਕਰਦੇ ਜਦੋਂ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਜਿਸ ਤਰ੍ਹਾਂ ਸਿੱਧੇ ਕੀਰਤਨ ਦੀ ਰਵਾਇਤ ਹੈ ਇੱਕ ਛੰਤ ਸ਼ਲੋਕ ਪੌੜੀ ਪੜ੍ਹੀ ਪੌੜੀ ਤੋਂ ਬਾਹਰ ਸ਼ਬਦ ਦੀ ਸੰਤ ਜੀ ਮਹਾਰਾਜ ਇੱਕ ਧਾਰਨਾ ਪੜ੍ਹਦਿਆ ਕਰਦੇ ਜਿਹੋ ਜਿਹਾ ਸਮਾਂ ਹੁੰਦਾ ਥੋੜ੍ਹਾ ਹੁੰਦਾ ਤਾਂ ਲਗਾਤਾਰ ਪੜ੍ਹ ਦਿੰਦੇ ਉਹ ਛੰਤ ਸ਼ਲੋਕ ਜੇ ਸਮਾਂ ਜ਼ਿਆਦਾ ਹੁੰਦਾ ਦਰਮਿਆਨ ਵਿੱਚ ਕੋਈ ਸ਼ਬਦ ਪੜ੍ਹ ਦਿੰਦੇ ਕੋਈ ਧਾਰਨਾ ਅੱਜ ਵੀ ਸੰਤ ਜੀ ਮਹਾਰਾਜ ਨੇ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਪੜ੍ਹਿਆ ਫਰੀਦਾ ਹਾਂ ਬਲਿਹਾਰੀ ਇਤਨਾ ਪੰਖੀਆਂ
ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਨ ਰੱਬ ਨਾਨ ਚੋੜਨ ਵਾਸ ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੁੰਗੇ ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੁੰਗੇ ਨਾਮ ਹਰੀ ਦਾ ਜਪਦੇ ਸਾਰੇ ਮਨਾਂਦੇ ਮੰਗੇਰੂ ਨਾਮ ਹਰੀ ਦਾ ਜਪਦੇ ਸਾਰੇ ਮਨਾਂਦੇ ਮੰਗੇਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ। ਉਸ ਬੋਰਡ ਦੇ ਉੱਪਰ ਇੱਕ ਤੋਤਾ ਬੈਠਾ ਹੈ। ਸੰਤ ਜੀ ਮਹਾਰਾਜ ਨੇ ਤਖਤ ਫਰੀਦ ਜੀ ਦਾ ਇਹ ਸ਼ਲੋਕ ਇਹ ਧਾਰਨਾ ਪੜ੍ਹੀ। ਉਹ ਆ ਕੇ ਜਿਸ ਖੱਬੇ ਹੱਥ ਦੇ ਨਾਲ ਸੰਤ ਜੀ ਮਹਾਰਾਜ ਹਾਰਮੋਨੀਅਮ ਦਾ ਪੱਖਾ ਵਜਾ ਰਹੇ ਸਨ, ਪੱਖਾ ਮਾਰ ਰਹੇ ਸਨ, ਹੱਥ ਦੇ ਉੱਪਰ ਆ ਬੈਠਿਆ। ਫਿਰ ਸੰਤ ਜੀ ਮਹਾਰਾਜ ਉਸੇ ਤਰ੍ਹਾਂ ਕੀਰਤਨ ਕਰਦੇ ਰਹੇ। ਜਦੋਂ ਸ਼ਬਦ ਸੰਪੂਰਨ ਹੋਇਆ ਫਿਰ ਜਿਹੜਾ ਅਗਲਾ ਛੰਦ ਸੀ ਉਹ ਪੜ੍ਹਿਆ, ਛੰਦ ਤੋਂ ਬਾਅਦ ਸਲੋਕ, ਸਲੋਕ ਤੋਂ ਬਾਅਦ ਜਦੋਂ ਪੌੜੀ ਪੜ੍ਹੀ, ਸੰਤ ਜੀ ਮਹਾਰਾਜ ਨੇ ਪੱਖੇ ਤੋਂ ਆਪਣਾ ਹੱਥ ਚੁੱਕਿਆ ਤੇ ਤੋਤੇ ਨੇ ਛੋਟੀ ਜਿਹੀ ਉਡਾਰੀ ਮਾਰੀ। ਕਿਤੇ ਹੋਰ ਨਹੀਂ ਗਿਆ ਜਿਸ ਮੰਜੀ ਸਾਹਿਬ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ, ਉਸ ਮੰਜੀ ਸਾਹਿਬ ਹੇਠ ਜਾ ਵੜਿਆ। ਜਿੰਨੀ ਦੇਰ ਤੱਕ ਸੰਤ ਜੀ ਮਹਾਰਾਜ ਕੀਰਤਨ ਕਰਦੇ ਰਹੇ, ਸ੍ਰੀ ਆਸਾ ਦੀ ਵਾਰ ਦਾ ਭੋਗ ਨਹੀਂ ਪਿਆ, ਉਸ ਮੰਜੀ ਸਾਹਿਬ ਹੇਠ ਬੈਠਾ ਰਿਹਾ। ਜਦੋਂ ਕੀਰਤਨ ਦਾ ਭੋਗ ਪਿਆ ਫਿਰ ਉਸਨੇ ਮਾਰੀ ਉਡਾਰੀ। ਹਾਂ, ਸਾਰਤੰਗ ਦੇ ਵਿਚਾਰ ਕਰਨ ਤੋਂ ਭਾਵ ਆਮ ਕੀ ਹੈ
ਪਸ਼ੂ ਪੰਛੀ ਵੀ ਉਹਨਾਂ ਦੇ ਕੀਰਤਨ ਉੱਪਰ ਮੋਹਿਤ ਹੋ ਜਾਂਦੇ। ਇਹੋ ਜਿਹੀ ਸੁਰੀਲੀ ਆਵਾਜ਼, ਉਹਨਾਂ ਦੀ ਰਸਨਾ, ਉਹਨਾਂ ਦੀ ਜ਼ਬਾਨ ਵਿੱਚ ਐਸੀ ਬਰਕਤ, ਉਹਨਾਂ ਨੇ ਸੰਸਾਰ ਨੂੰ ਜਾਤ ਸਿਖਾਈ ਕਿ ਕਿਵੇਂ ਨਿਰਛਿਤ ਹੋ ਕੇ, ਨਿਸ਼ਕਾਮ ਹੋ ਕੇ ਕੀਰਤਨ ਕਰਨਾ ਹੈ। ਕੀ ਪਰਿਭਾਸ਼ਾ ਹੈ ਨਿਰਵਾਣ ਕੀਰਤਨ ਦੀ, ਜਿਹਦੇ ਵਿੱਚ ਜੁੜ ਕੇ ਥੋੜੇ ਸਮੇਂ ਵਿੱਚ ਹੀ ਬਹੁਤਾ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਮਿਤ ਜਿਤ ਝੂਟਾ ਹੈ। ਅਸਾਰ ਤੰਗ ਕੀਰਤਨ ਭਗਤੀ ਜਿਹਦੇ ਉੱਪਰ ਸਤਿਗੁਰੂ ਜੀ ਤਰੁੱਟਦੇ ਨੇ, ਰਹਿਮਤ ਦੇ ਘਰ ਵਿੱਚ ਆਉਂਦੇ ਨੇ, ਉਸਨੇ ਦਾਤ ਬਖਸ਼ਦੇ ਨੇ। ਵੈਸੇ ਤੇ ਉਹਨਾਂ ਦਾ ਮਨੋਰਥ ਆਪਣੇ ਪੈਰੋਕਾਰਾਂ ਨੂੰ, ਗੁਰਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਹੈ। ਗੁਰਬਾਣੀ ਨਾਲ ਜੁੜਦੇ ਇਹ ਸਾਰੇ ਸਾਧਨ ਨੇ, ਆਪਾਂ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਕਥਾ ਹੁੰਦੀ ਹੈ। ਗੁਰਸਿੱਖਾਂ ਨੇ ਇੱਕ ਵਾਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ ਆਪ ਹਮੇਸ਼ਾ ਆਪਣੇ ਗੁਰਸਿੱਖਾਂ ਨੂੰ ਨਸੀਹਤ ਦਿੰਦੇ ਰਹਿੰਦੇ ਹੋ, ਕਦੀ ਗੁਰਬਾਣੀ ਪੜ੍ਹਨ ਵਾਸਤੇ, ਕਦੀ ਸੁਣਨ ਵਾਸਤੇ ਆਇਓ, ਸੁਣਨ ਪੜ੍ਹਨ ਕਹੋ ਬਾਣੀ। ਨਾਮ ਵਿਸਾਰ ਲੱਗਿਆ ਨਾਲ ਤੇ ਬਿਰਥਾ ਜਨਮ ਪੁਰਾਣੀ, ਕਿਤੇ ਗੁਰਬਾਣੀ ਗਾਉਣ ਵਾਸਤੇ ਨਸੀਹਤ ਦਿੰਦੇ ਹੋ, ਸੁਣਵੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕਹੋ ਕਰਮ ਲਿਖੀ ਤੇ ਸਿਰਦੈ ਸਮਾਣੀ ਰਾਮ, ਅਕਤ ਕਹਾਣੀ ਤਿੰਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ, ਅਮਰਥੀਆ ਫਿਰ ਨਾਮੂਆ ਕਲ ਕਲੇਸੈ ਦੁੱਖ ਹਰੇ, ਹਰ ਸਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ, ਬਿਨਵੰਤ ਨਾਨਕ ਸਦਾ ਗਾਈਐ। ਰੋਜ਼ਾਨਾ ਹੀ ਸਦਾ ਹੀ ਆਪ ਗੁਰਬਾਣੀ ਨੂੰ ਗਾਉਣ ਦੀ ਨਸੀਹਤ ਦਿੰਦੇ ਹੋ, ਇਹ ਪ੍ਰੇਰਣਾ ਬਖਸ਼ਦੇ ਹੋ, ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਕਿਤੇ ਆਪ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਹੁਕਮ ਕਰਦੇ ਹੋ, ਆਪ ਕਿਰਪਾ ਕਰਕੇ ਦੱਸੋ ਤਾਂ ਫਲ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰਸਿੱਖੋ, ਵੀ ਸਾਡਾ ਮਨੋਰਥ ਤੇ ਦਰਅਸਲ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਹੈ, ਕਿਉਂਕਿ ਅਸੀਂ ਤੇ ਇਹ ਜਹਾਜ਼ ਤਿਆਰ ਕਰ ਦਿੱਤਾ ਹੈ ਤੁਹਾਨੂੰ ਸੰਸਾਰਿਕ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ। ਤੁਸੀਂ ਇਸ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਸੁਖੈਨ ਹੀ ਸੰਸਾਰਿਕ ਸਮੁੰਦਰ ਤੋਂ ਪਾਰ ਹੋ ਸਕਦੇ ਹੋ। ਸੀਖ ਲੱਗੇ ਸਭ ਕੋ ਤਬ ਦੇਵਨ, ਸ਼੍ਰੇ ਭਰੇ ਬਚ ਜੋ ਫੁਰਮਾਇਓ, ਗ੍ਰੰਥ ਜਹਾਜ਼ ਸੋ ਭਾਉ ਜਲਕਾਓ, ਤਰਜਾਤ ਸੁਖੈਨ ਸੌਖੇ ਹੀ। ਥੋੜੇ ਜਿਹੇ ਯਤਨ ਦੇ ਨਾਲ ਹੀ ਤੁਸੀਂ ਸੰਸਾਰਿਕ ਸਮੁੰਦਰ ਤੋਂ ਪਾਰ ਹੋ ਜਾਓਗੇ, ਜੇ ਤੁਹਾਡਾ ਮਨ, ਤੁਹਾਡੀ ਬਿਰਤੀ ਇਸ ਬਾਣੀ ਨਾਲ ਜੁੜੂਗੀ। ਗ੍ਰੰਥ ਜਹਾਜ ਸੋ ਭਾਉ ਜੁਲ ਕਹੋ, ਤਰ ਜਾਤ ਸੁਖੈਨ ਜਿਨੀ ਜਿਤ ਲਾਏ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਇੱਕ ਵਾਰ ਗੁਰਸਿੱਖਾਂ ਨੂੰ ਮੁਖਾਤਬ ਹੋ ਕੇ ਕਹਿੰਦੇ, ਗੁਰਸਿੱਖੋ ਜਿਨ੍ਹਾਂ ਦੇ ਮਨ ਚ ਗੁਰਬਾਣੀ ਦਾ ਅਦਬ ਹੈ, ਜਿਨ੍ਹਾਂ ਦੇ ਮਨ ਚ ਗੁਰਬਾਣੀ ਦਾ ਭੈ ਹੈ, ਉਸਨੂੰ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਕਿਸੇ ਹੋਰ ਯਤਨ ਦੀ ਜ਼ਰੂਰਤ ਹੀ ਨਹੀਂ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਜਿੱਥੇ ਇਸ ਪ੍ਰਕਰਨ ਦਾ ਜ਼ਿਕਰ ਕਰਦੇ ਨੇ, ਉਹਨਾਂ ਨੇ ਬੜੇ ਸੁੰਦਰ ਲਫ਼ਜ਼ਾਂ ਵਿੱਚ ਬਿਆਨ ਕੀਤਾ ਸਤਿਗੁਰੂ ਜੀ ਦੇ ਉਹਨਾਂ ਵਚਨਾਂ ਨੂੰ। ਕੀ ਕਹਿ ਰਹੇ ਨੇ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ, ਜੋ ਸਿੱਖ ਬਾਣੀ ਭੈ ਕਰੈ, ਜਿਨ੍ਹਾਂ ਦੇ ਮਨ ਵਿੱਚ ਗੁਰਬਾਣੀ ਦਾ ਭੈ ਹੈ, ਗੁਰਬਾਣੀ ਦਾ ਭਾਵ, ਗੁਰਬਾਣੀ ਪ੍ਰਤੀ ਪ੍ਰੇਮ ਹੈ, ਬਿਨਾਂ ਪ੍ਰਯਾਸ ਭਵ ਸਾਗਰ ਤਰੈ, ਬਗੈਰ ਕਿਸੇ ਹੋਰ ਪ੍ਰਯਾਸ, ਕਿਸੇ ਹੋਰ ਉੱਦਮ ਤੋਂ, ਕਿਸੇ ਹੋਰ ਯਤਨ ਤੋਂ,
ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਣਗੇ। ਤਾਂ ਦੂਸਰੇ ਪਾਸੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਰਬਾਣੀ ਦਾ ਅਦਬ ਹੀ ਨਹੀਂ, ਜਿਨ੍ਹਾਂ ਦੇ ਮਨ ਵਿੱਚ ਗੁਰਬਾਣੀ ਦਾ ਭੈ ਹੀ ਨਹੀਂ, ਜਿਹਨੂੰ ਭੈ ਬਾਣੀ ਅਦਬ ਨਾ ਧਾਰਾ, ਇਹ ਸਾਡਾ ਸਿੱਖ ਕਹਿਲਾਉਣ ਦਾ ਹੱਕਦਾਰ ਨਹੀਂ। ਜਾਣੋ ਸੋ ਸਿੱਖ ਨਹੀਂ ਹਮਾਰਾ। ਕੌਣ ਹੈ ਗੁਰੂ ਕੀ ਬਖਸ਼ਿਸ਼ ਦਾ ਪਾਤਰ ਸਿੱਖ, ਜਿਹਦੇ ਮਨ ਚ ਗੁਰਬਾਣੀ ਦਾ ਅਦਬ ਹੈ, ਜਿਹਦੇ ਮਨ ਚ ਗੁਰਬਾਣੀ ਦਾ ਭਾਉ ਹੈ, ਜਿਹਦਾ ਹਿਰਦਾ ਗੁਰਬਾਣੀ ਨਾਲ ਜੁੜ ਗਿਆ ਹੈ। ਫਿਰ ਬਗੈਰ ਕਿਸੇ ਹੋਰ ਯਤਨ ਤੋਂ ਸੰਸਾਰ ਸਾਗਰ ਤੋਂ ਪਾਰ ਲੰਘ ਜਾਏਗਾ। ਗ੍ਰੰਥ ਜਹਾਜ਼ ਸੁਭਾਉ ਜਲ ਕਹੋ ਤਰ ਜਾਤ ਸੁਖੈਨ, ਜਿਹਨੇ ਚਿੱਤ ਦਾ ਆਇਓ ਸੁਖੈਨ ਹੀ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਣਗੇ, ਜਿਹੜੇ ਆਪਣੇ ਚਿੱਤ ਨੂੰ ਆਪਣੀ ਬਿਰਤੀ ਉਸ ਬਾਣੀ ਦੇ ਨਾਲ ਜੋੜਨਗੇ। ਗੁਰਸਿੱਖੋ, ਗੁਰਬਾਣੀ ਪੜ੍ਹ ਕੇ ਵੀ ਜੁੜਿਆ ਜਾ ਸਕਦਾ ਹੈ, ਗਾ ਕੇ ਵੀ ਜੁੜਿਆ ਜਾ ਸਕਦਾ ਹੈ, ਗੁਰਬਾਣੀ ਦੀ ਵਿਚਾਰ ਕਰਕੇ ਵੀ ਜੁੜਿਆ ਜਾ ਸਕਦਾ ਹੈ। ਪਰ ਇਕੱਲਾ ਸਿੱਖ ਬੈਠਾ ਬਾਣੀ ਪੜ੍ਹ ਰਿਹਾ ਉਹ ਤਾਂ ਜੁੜਿਆ ਹੈ, ਦੂਸਰਿਆਂ ਨੂੰ ਕੀ ਲਾਭ? ਜ਼ਿਮੀਂਦਾਰ ਨੇ ਆਪਣਾ ਹੜ ਜੋੜ ਲਿਆ, ਅੱਜ ਕੱਲ੍ਹ ਟਿਊਬਵੈੱਲ ਹੋ ਗਏ ਨੇ, ਆਪਣੇ ਟਿਊਬਵੈੱਲ ਚਲਾ ਲਿਆ, ਆਪਣਾ ਖੇਤ ਸਿੰਜ ਲਿਆ, ਬਾਕੀ ਦੇ ਜ਼ਿਮੀਂਦਾਰਾਂ ਨੂੰ ਕੀ ਫਾਇਦਾ? ਗੁਰਸਿੱਖੋ, ਇਹ ਇਕੱਲਾ ਬੈਠ ਕੇ ਬਾਣੀ ਪੜ੍ਹ ਰਿਹਾ ਗੁਰੂ ਕਾ ਸਿੱਖ, ਠੀਕ ਹੈ, ਉਸਦਾ ਮਨ ਜੁੜਿਆ, ਉਸਨੂੰ ਰਸ ਆ ਰਿਹਾ, ਤੇ ਇਉਂ ਹੈ ਜਿਸ ਤਰ੍ਹਾਂ ਕੋਈ ਜ਼ਿਮੀਂਦਾਰ ਆਪਣਾ ਹੜ ਜੋੜ ਕੇ ਆਪਣਾ ਖੇਤ ਸਿੰਜ ਦੇਵੇ। ਪਰ ਜਿਹੜਾ ਹੈ ਗੁਰਬਾਣੀ ਦਾ ਕੀਰਤਨ, ਇਹ ਮਾਨੋ ਨਾਮ ਦੀ ਮੋਹਲੇ ਧਾਰ ਵਰਖਾ ਹੈ, ਮੋਹਲੇ ਧਾਰ ਵੀ ਪੈਂਦਾ ਹੋਵੇ ਸਾਰੇ ਸੰਗਤ ਜ਼ਿਮੀਂਦਾਰ ਜਾਣਦੇ ਨੇ, ਇਹ ਵੱਟਾਂ ਵੀ ਤੋੜ ਦਿੰਦਾ, ਕਈ ਵਾਰ ਉਪਰੋਂ ਵੀ ਲੰਘ ਜਾਂਦਾ ਹੈ, ਜਿਨ੍ਹਾਂ ਨੇ ਤੇ ਆਪਣੀਆਂ ਵੱਟਾਂ ਉੱਚੀਆਂ ਕੀਤੀਆਂ ਹੁਣ ਉਹਨਾਂ ਦੇ ਖੇਤ ਵਿੱਚ ਤੇ ਪਾਣੀ ਖੜ ਜਾਂਦਾ, ਨਹੀਂ ਰੁੜ ਕੇ ਅੱਗੇ ਲੰਘ ਜਾਂਦਾ ਹੈ। ਬਹੁਤਾ ਲੰਮਾ ਸਮਾਂ ਨਹੀਂ ਪਿਆ ਕਰਦਾ ਮੋੜੇ ਧਾਰਮੀ। ਗੁਰਸਿੱਖੋ, ਗੁਰਬਾਣੀ ਦਾ ਜਿਹੜਾ ਅਖੰਡ ਕੀਰਤਨ ਹੈ, ਜਿਨ੍ਹਾਂ ਦੀਆਂ ਤੇ ਵਿਰਤ ਰੂਪੀ ਵੱਟਾਂ ਉੱਚੀਆਂ ਨੇ, ਜਿਨ੍ਹਾਂ ਦੇ ਤੇ ਮਨ ਏਕਾਗਰ ਨੇ, ਜਿਨ੍ਹਾਂ ਨੇ ਆਪਣੀ ਵਿਰਤੀ ਨੂੰ ਰੋਕਿਆ ਹੈ, ਉਹ ਤੇ ਗੁਰਬਾਣੀ ਦੇ ਕੀਰਤਨ ਤੋਂ ਬਹੁਤਾ ਲਾਭ ਉਠਾ ਲੈਂਦੇ ਨੇ। ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੁੰਦਾ ਹੈ, ਜੇ ਰਾਗਾਂ ਵਿੱਚ ਗੁਰਬਾਣੀ ਦਾ ਗਾਇਨ ਹੋ ਰਿਹਾ ਹੋਵੇ, ਜਿਨ੍ਹਾਂ ਨੂੰ ਰਾਗ ਵਿੱਦਿਆ ਦੀ ਵੀ ਥੋੜ੍ਹੀ ਬਹੁਤ ਜਾਣਕਾਰੀ ਹੁੰਦੀ ਹੈ, ਉਹਨਾਂ ਨੂੰ ਤਾਂ ਵਿਸ਼ੇਸ਼ ਆਨੰਦ ਆਉਂਦਾ ਹੈ ਗੁਰਬਾਣੀ ਦੇ ਕੀਰਤਨ ਦੇ ਵਿੱਚੋਂ, ਉਹਨਾਂ ਦੀਆਂ ਬਿਰਤੀਆਂ ਜੁੜ ਜਾਂਦੀਆਂ ਨੇ। ਪਰ ਜਿਨ੍ਹਾਂ ਨੂੰ ਨਾ ਗੁਰਬਾਣੀ ਦੇ ਅਰਥਾਂ ਦਾ ਇੰਨਾ ਬੋਧ ਹੋਵੇ, ਨਾ ਰਾਗ ਵਿੱਦਿਆ ਦੀ ਬਹੁਤੀ ਜਾਣਕਾਰੀ ਹੋਵੇ, ਉਹਨਾਂ ਨੂੰ ਕਈ ਵਾਰ ਗੁਰਬਾਣੀ ਦੇ ਕੀਰਤਨ ਤੋਂ ਬਹੁਤਾ ਲਾਭ ਪ੍ਰਾਪਤ ਨਹੀਂ ਹੁੰਦਾ। ਪਰ ਜੇ ਨਾਲ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੀ ਵਿਚਾਰ ਹੁੰਦੀ ਹੋਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਗੁਰਸਿੱਖੋ, ਜਿਹੜਾ ਇਕੱਲਾ ਗੁਰਬਾਣੀ ਦਾ ਅਖੰਡ ਕੀਰਤਨ ਹੈ, ਉਹ ਤੇ ਹੈ ਮੋੜੇ ਧਾਰ ਵਰਖਾ। ਜੇ ਨਾਲ ਨਾਲ ਗੁਰਬਾਣੀ ਦੀ ਵਿਆਖਿਆ ਹੁੰਦੀ ਹੋਵੇ, ਗੁਰਬਾਣੀ ਦੀ ਵਿਚਾਰ, ਫਿਰ ਜਿਸ ਤਰ੍ਹਾਂ ਝੜੀ ਲੱਗ ਜਾਵੇ, ਥਿਮਕ ਥਿਮਕ ਬੂੰਦਿਆਂ ਜੇ ਭਰ ਗਈ ਨਿੱਕੀ ਬੂੰਦ ਦਾ ਮੀਂਹ, ਫਿਰ ਉਹਦਾ ਅਸਰ ਜ਼ਮੀਨ ਵਿੱਚ ਗਹਿਰਾਈ ਤੱਕ ਹੁੰਦਾ ਹੈ। ਜਿਹਨਾਂ ਜ਼ਿਮੀਂਦਾਰਾਂ ਨੇ ਆਪਣੀਆਂ ਵੱਟਾਂ ਉੱਚੀਆਂ ਨਹੀਂ ਵੀ ਕੀਤੀਆਂ ਹੁੰਦੀਆਂ, ਉਹਨਾਂ ਦੇ ਖੇਤਾਂ ਦੇ ਵਿੱਚ ਵੀ, ਉਹਨਾਂ ਦੀ ਜ਼ਮੀਨ ਦੇ ਵਿੱਚ ਵੀ ਉਸ ਪਾਣੀ ਦਾ, ਉਸ ਬਾਰਿਸ਼ ਦਾ ਅਸਰ ਬੜੀ ਗਹਿਰਾਈ ਤੱਕ ਹੁੰਦਾ ਹੈ। ਜ਼ਿਮੀਂਦਾਰ ਜਾਣਦੇ ਨੇ ਉਹਦਾ ਬਹੁਤਾ ਲਾਭ ਹੁੰਦਾ ਹੈ। ਜਿਹੜਾ ਨਿੱਕੀ ਕਣੀ ਦਾ ਮੀਂਹ ਹੈ, ਜਦੋਂ ਝੜੀ ਲੱਗ ਜਾਵੇ, ਮੁਤਬਾਦਰ ਕਈ ਕਈ ਦਿਨ ਲੱਗੀ ਰਹਿੰਦੀ ਹੈ। ਹਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ, ਜਿਹੜੀ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਵਿਚਾਰ ਹੈ, ਵੀ ਜੇ ਕੀਰਤਨ ਵਿੱਚ ਮਨ ਨਹੀਂ ਜੁੜਿਆ, ਆਨੰਦ ਨਹੀਂ ਆਇਆ, ਗੁਰਬਾਣੀ ਦੇ ਅਰਥਾਂ ਦਾ ਬੋਧ ਨਹੀਂ ਹੋਇਆ, ਬਾਣੀ ਨਹੀਂ ਵਸੀ ਹਿਰਦੇ ਅੰਦਰ, ਫਿਰ ਜਦੋਂ ਉਸਦੀ ਵਿਆਖਿਆ ਹੋ ਜਾਵੇ, ਉਸਦੀ ਵਿਚਾਰ ਕੀਤੀ ਜਾਵੇ,
ਸਾਰੇ ਹਿਰਦੇ ਅੰਦਰ ਹੀ ਬਾਣੀ ਦੀ ਵਿਚਾਰ ਵਸ ਜਾਂਦੀ ਹੈ, ਸਾਰੇ ਲਾਭ ਉਠਾ ਲੈਂਦੇ ਨੇ। ਤਾਂ ਤੇ ਲਾਭ ਤੇ ਉਹ ਵੀ ਉਠਾ ਰਿਹਾ ਜਿਹੜਾ ਇਕੱਲਾ ਬੈਠਾ ਪੜ੍ਹ ਰਿਹਾ, ਆਨੰਦ ਤੇ ਉਹਨੂੰ ਵੀ ਆ ਰਿਹਾ, ਜੁੜਿਆ ਤੇ ਉਹ ਵੀ ਹੈ, ਕੀਰਤਨ ਹੋ ਰਿਹਾ, ਅਖੰਡ ਕੀਰਤਨ ਜਿਹਨਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੈ, ਥੋੜ੍ਹੀ ਬਹੁਤ ਸੰਗੀਤ ਦੀ ਜਾਣਕਾਰੀ ਹੈ, ਰਾਗ ਵਿੱਦਿਆ ਦੀ ਕੁਝ ਸੋਝੀ ਹੈ, ਉਹਨਾਂ ਨੂੰ ਬਹੁਤਾ ਲਾਭ ਪ੍ਰਾਪਤ ਹੋ ਜਾਂਦਾ ਹੈ, ਪਰ ਵਿਆਖਿਆ ਹੋ ਰਹੀ ਹੋਵੇ ਨਾਲ ਨਾਲ, ਫਿਰ ਸੋਨੇ ਉੱਪਰ ਸੁਹਾਗਾ ਹੈ, ਉਹ ਵਿਚਾਰ ਸਾਰਿਆਂ ਦੀ ਸਮਝ ਵਿੱਚ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦੇ ਨਾਲ ਜੁੜਨ ਦੇ ਇਹ ਸਾਧਨ ਦੱਸੇ ਨੇ। ਉਹ ਸਾਰਤੰਗ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲਿਆਂ ਨੇ ਜਦੋਂ ਆਪ ਨੂੰ ਵੱਡੇ ਸੰਤ ਜੀ ਮਹਾਰਾਜ ਨੂੰ ਇਹ ਕੀਰਤਨ ਦੀ ਦਾਤ ਬਖਸ਼ੀ, ਕੀਰਤਨ ਸਿੱਖਣ ਦੀ ਪ੍ਰੇਰਨਾ ਦਿੱਤੀ, ਨਾਲ ਇਹ ਵੀ ਹੁਕਮ ਕੀਤਾ ਕਿ ਕੀਰਤਨ ਦੇ ਨਾਲ ਨਾਲ ਜਿਹੜੇ ਗੁਰਮਤਿ ਦੇ ਗ੍ਰੰਥ ਨੇ ਉਹਨਾਂ ਦਾ ਅਧਿਐਨ ਵੀ ਕਰਨਾ ਹੈ, ਕਿਉਂਕਿ ਕੀਰਤਨ ਦੇ ਨਾਲ ਨਾਲ ਵਿਆਖਿਆ ਵੀ ਜ਼ਰੂਰੀ ਹੈ। ਜਿਹੜੀ ਵਿਚਾਰ ਕੀਰਤਨ ਦੌਰਾਨ ਸਮਝ ਵਿੱਚ ਨਹੀਂ ਪੈਂਦੀ, ਉਹ ਵਿਆਖਿਆ ਦੌਰਾਨ ਸਮਝ ਵਿੱਚ ਪੈ ਸਕਦੀ ਹੈ। ਤਾਂ ਤੇ ਸਾਰਤੰਗ ਕੀਰਤਨ ਭਗਤੀ, ਸਤਿਗੁਰੂ ਜੀ ਇਸ ਨੂੰ ਵਡਿਆਈ ਦੇ ਰਹੇ ਨੇ ਕਲਯੁੱਗ ਦੇ ਸਮੇਂ ਚ। ਵੈਸੇ ਤੇ ਇਹ ਕਲਯੁੱਗ ਦੇ ਵਿੱਚ ਹੀ ਨਹੀਂ, ਪਹਿਲਿਆਂ ਯੁੱਗਾਂ ਦੇ ਵਿੱਚ ਵੀ ਇਸ ਭਗਤੀ ਦੀ ਵਡਿਆਈ ਸੀ। ਕਈ ਵਾਰ ਆਪਨੇ ਪ੍ਰਸੰਗ ਸੁਣਿਆ ਹੋਵੇਗਾ, ਸੁਖ ਰਾਜੇ ਹਰੀ ਚੰਦ ਘਰ, ਨਾਰ ਸੋ ਤਾਰਾਂ ਲੋਚਨ ਰਾਣੀ, ਫਿਰ ਉਦੋਂ ਜਿਹੜੇ ਉੱਥੇ ਸਤਸੰਗੀ ਸਨ ਕਿਵੇਂ ਜੁੜੇ ਹੋਏ ਸਨ ਪਰਮਾਤਮਾ ਦੇ ਨਾਲ, ਪ੍ਰਭੂ ਦੇ ਨਾਲ। ਪ੍ਰੇਮ ਭਗਤ ਰਾਤੀ ਕਰੇ, ਰਾਤੀ ਜਾਏ ਸੁਣੇ ਗੁਰਬਾਣੀ। ਤੇ ਭਾਈ ਗੁਰਦਾਸ ਜੀ ਦੇ ਹਿਰਦੇ ਦੀ ਵਿਸ਼ਾਲਤਾ ਹੈ, ਉਸ ਵਕਤ ਦੇ ਜਿਹੜੇ ਉੱਤੋਂ ਪੁਰਖ ਸਨ, ਮਹਾਂਪੁਰਖ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੀ ਰਚਨਾ ਨੂੰ ਆਪ ਗੁਰਬਾਣੀ ਦੀ ਸੰਗਿਆ ਦੇ ਰਹੇ ਹਨ। ਤਾਂ ਕੀਰਤਨ ਤੇ ਉਦੋਂ ਵੀ ਹੁੰਦਾ ਸੀ, ਪਰ ਕਲਯੁੱਗ ਦੇ ਸਮੇਂ ਦੇ ਵਿੱਚ ਇਸ ਦੀ ਵਡਿਆਈ ਵਿਸ਼ੇਸ਼ ਹੈ। ਇਹ ਵੱਡਾ ਪੁੰਨ ਹੈ ਕਲਯੁੱਗ ਦੇ ਸਮੇਂ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਇਹ ਕਰਮਨ ਸਿਰ ਕਰਮ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਦੇਖੇ ਕਾ ਲੈਣ। ਇਸ ਕਰਕੇ ਸਾਨੂੰ ਸਤਿਗੁਰੂ ਜੀ ਬਾਰ ਬਾਰ ਨਸੀਹਤ ਦੇ ਰਹੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰਬਾਣੀ। ਆਓ ਸਾਰ ਤੰਗੋ ਨਾ ਮਹਾਂਪੁਰਖਾਂ ਦੀ ਆਪਾਂ ਯਾਦ ਜਿਹੜੇ ਬੈਠੇ ਹਾਂ, ਜਿਨ੍ਹਾਂ ਨੇ ਸਾਨੂੰ ਇਜਾਜ਼ ਸਿਖਾਈ, 50 ਸਾਲ ਉਹਨਾਂ ਨੇ ਗੁਰਬਾਣੀ ਦੇ ਨਾਲ ਸਾਨੂੰ ਜੋੜਿਆ ਕੀਰਤਨ ਭਗਤੀ ਦੁਆਰਾ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਇਹ ਰਵਾਇਤ ਪ੍ਰਚਲਿਤ ਕੀਤੀ ਹੈ, ਉਸ ਪਰੰਪਰਾ ਅਨੁਸਾਰ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰੂਆਂ ਦੀਆਂ ਵਿਚਾਰਾਂ ਦਾ ਲਾਭ ਉਠਾਉਣਾ ਹੈ। ਹੁਣ ਸਭ ਗੁਰੂ ਕਮਾਈ ਭਾਈ ਗੁਰੂ ਸਤੋਤਰ ਪੜ੍ਹੋ, ਕਿਉਂਕਿ ਸਮਾਂ ਅੱਗੇ ਇਜਾਜ਼ ਨਹੀਂ ਦੇ ਰਿਹਾ। ਫਿਰ ਸਭਨਾਂ ਨੇ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੇ ਸਮਾਪਤੀ ਹੋਣ ਤੋਂ ਬਾਅਦ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਪਹਿਲਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਏਗਾ। ਆਉਣ ਵਾਲੇ 4 ਦੀਵਾਨਾਂ ਵਿੱਚ ਵੀ ਆਪਣੇ ਰੋਜ਼ਾਨਾ ਵਕਤ ਸਿਰ ਪਹੁੰਚ ਕੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੇ ਦਰਾਂ ਕੋਲੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਧਨ ਹੈ।
ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇ ਨਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਤੁਝ ਨਾਲ ਕੇ ਨਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ
واحد بك خالصا واحد بك كوتا بير داس جيو اماد بتا ਪ੍ਰਿਤਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀ ਹੈ ਘਰ ਨੌਨਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਇਹ ਕਰਨਾ ਨਿਦਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਮਹਾਂਪੁਰਖਾਂ ਦੀ ਯਾਦ ਵਿੱਚ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਵਖਿਆਨ ਹੋਏ ਹਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ੋ ਇਹ ਮਿਹਰਬਾਨ ਜੀਓ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਅਤੇ ਤਿਲ ਫੁਲ ਭੇਟਾ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ جیو ایک من پرخ تیائے برداتا سنت سہار صدا بکھیاتا تاس چرن لیردے بسامون تو پرم گرو نانک گن گاواں سو کہو ٹل گر سیوی اہنس سہج سبھائے درسن پرسیے گرو کے جنم مرن دکھ جائے تناسری محلہ پنجما جے جے پیکھو تہیں حجور دور کتہوں نہ جائی رب رہیا سربتر میں من صدا تیائی جے جے پیکھو تہیں حجور دور کتہوں نہ جائی رب رہیا سربتر میں من صدا تیائی ایت اوت نہیں بیچھڑے سو سنگی گنیے بن سجائے جو نمکھ مہ سو الپ سکھ پنیے رہاؤں پرت پالے اپیاؤں دے کچھ اون نہ ہوئی ساس ساس سمالتا میرا پرب سوئی اچھل اچھید اپار پرب اونچا جا کا روپ جب جب کرے آنند جن آچرج آنوپ سامت دیہو دیال پرب جت تمہیں ارادھا نانک منگے دان پرب رین پگ سادھا سامت دیہو دیال پرب جت تمہیں ارادھا نانک منگے دان پرب رین پگ سادھا واہ